ਕੱਲ ਰਾਤ ਹੋ ਗਈ ਟੈਂਪਰੇਚਰ ਪਲੱਸ 'ਚ, ਅਤੇ ਹੁਣ ਇਹਨੇ ਪਿਘਲ ਜਾਣਾ ਸਾਰੀ ਨੇ। ਤਕਰੀਬਨ ਸਾਰੀ ਪਿਘਲ ਚੁੱਕੀ ਆ, ਥੋੜ੍ਹੀ ਬਹੁਤੀ ਰਹਿੰਦੀ ਆ ਹੁਣ, ਸਾਫ਼ ਹੋ ਜਾਣਾ। ਪਰ ਆਹ ਹੁਣ ਜਿਵੇਂ ਇਸ ਤਰ੍ਹਾਂ ਬਣੀ ਹੋਈ ਆ ਇੱਥੇ, ਆਹ ਇੱਥੇ ਬੰਦਾ ਫਿਰ ਤਿਲਕਦਾ ਹੈ ਨਾ, ਇੱਥੋਂ ਫਿਰ ਇੱਦਾਂ ਹਨੇਰੇ ਸਵੇਰੇ 'ਚ ਬੰਦੇ ਨੂੰ ਬਹੁਤ ਧਿਆਨ ਨਾਲ ਤੁਰਨਾ ਪੈਂਦਾ। ਆਹ ਚੀਜ਼ ਦਾ ਕੁਛ ਨਹੀਂ, ਜਿਹੜੀ ਆਹ ਚੀਜ਼ ਆ ਇਹ 'ਤੇ ਨਹੀਂ ਬੰਦਾ ਤਿਲਕਦਾ, ਉਹ ਜਿਹੜੀ ਹੈਗੀ ਚਿੱਟੀ ਚਿੱਟੀ ਵਾਈਟ ਪਾਣੀ ਵਰਗੀ ਹੁੰਦੀ ਜਿਹੜੀ, ਉਹ 'ਤੇ ਬੰਦਾ ਤਿਲਕਦਾ। ਬਾਕੀ ਆਹ ਬਜਰੀ ਪਾਈ ਆ ਥੱਲੇ ਸੜਕ 'ਤੇ, ਇਹ ਉਦੋਂ ਹੀ ਪਾਈ ਤੀ ਜਦੋਂ ਬਰਫ਼ ਪਈ ਸੀ, ਹੁਣ ਬਰਫ਼ ਪਿਘਲੀ ਅਤੇ ਬਜਰੀ ਨੇ ਇੱਦਾਂ ਹੀ ਪਿਆ ਰਹਿਣਾ। ਹੁਣ ਜਦੋਂ ਫਿਰ ਬਰਫ਼ ਪਊਗੀ ਇਹਨੇ ਥੱਲੇ ਹੋ ਜਾਣਾ, ਅਤੇ ਫਿਰ ਹੋਰ ਨਵੀਂ ਬਜਰੀ ਇਹਦੇ ਉੱਪਰ ਛੇਟਣਗੇ। ਬਸ ਇੱਦਾਂ ਹੀ ਚੱਲੀ ਜਾਂਦਾ ਫਿਰ ਇੱਥੇ ਬਰਫ਼ਾਂ 'ਚ। ਬਾਕੀ ਆ ਸੜਕ ਦੇ ਵਿੱਚ ਚਿੱਬ ਦੇਖੋ ਕਿੰਨੇ ਆ, ਵਿੰਗੀ ਟੇਢੀ ਸੜਕ ਹੈ, ਕੋਈ ਸਿੱਧੀ ਸੜਕ ਨਹੀਂ ਹੈਗੀ, ਚਿੱਬਾਂ ਵਾਲੀ ਸੜਕ ਹੈ ਇਹ। ਇਹ ਹੋ ਜਾਂਦੀ ਆ ਗਰਮੀ ਦੇ ਵਿੱਚ, ਜਦੋਂ ਫਿਰ ਗਰਮੀ ਹੁੰਦੀ ਹੈ ਇੱਥੇ ਟੈਂਪਰੇਚਰ ਤਾਂ ਥੋੜ੍ਹਾ ਹੀ ਹੁੰਦਾ, ਪਰ ਇਹ ਇੱਥੇ ਪਤਾ ਨਹੀਂ ਕਿਉਂ ਸੜਕਾਂ ਇੱਦਾਂ ਵਿੰਗੀਆਂ ਜਿਹੀਆਂ ਹੋ ਜਾਂਦੀਆਂ, ਉੱਚੀਆਂ ਨੀਵੀਆਂ ਇੱਦਾਂ ਇਹ। ਮੌਸਮ ਅੱਜ ਸਾਫ਼ ਆ ਪੂਰਾ, ਧੁੱਪ ਬੜੀ ਸੋਹਣੀ ਨਿਕਲੀ ਆ।